ਅੱਜ ਮੈਂ ਤੁਹਾਡੇ ਨਾਲ ਜਿਹੜੀ ਖੀਰ ਨਹੀਂ ਰੈਸਪੀ ਸ਼ੇਅਰ ਕਰਨ ਲਈ ਹਾਂ, ਸੂਜੀ ਨਹੀਂ ਖੀਰ ਨਹੀਂ, ਇਹ ਮਾੜੀ ਇੱਕ ਫਰੈਂਡ ਹੈ ਸਫੀਆ, ਉਸਨੇ ਉਹਨਾਂ ਸਾਨੂੰ ਦਾਵਤ ਕੀਤੀ ਸੀ ਤਾਂ ਮੈਂ ਕਿ ਇਹ ਰੈਸਪੀ ਬੜੀ ਪਸੰਦ ਆਈ, ਬੜੀ ਯੂਨੀਕ ਜੀ ਸੀ, ਤਾਂ ਮੈਂ ਤੁਹਾਨੂੰ ਸਾਰਿਆਂ ਨਾਲ ਮੈਂ ਇਹ ਰੈਸਪੀ ਸ਼ੇਅਰ ਕਰਾਂ। ਇਸ ਕੀ ਬਣਾਉਣ ਵਾਸਤੇ ਅਸਾਂ ਕਿ ਇੱਕ ਕੱਪ ਜਿਹੜਾ ਨਾ ਸੂਜੀ ਚਾਹੀਦੀ ਹੈ, ਚਮਚ ਰੋਕਣਾ ਨਹੀਂ ਹੈ, ਇਸਕੀ ਚਲਾਉਣੇ ਰਹਿਣਾ ਕਿ ਉਸ ਤਰ੍ਹਾਂ ਜਿਸ ਤਰ੍ਹਾਂ ਅਸਾਂ ਹਲਵਾ ਬਣਾਉਣੇ ਆ ਉਸ ਤਰ੍ਹਾਂ ਬਰੋਨ ਨਾ ਹੋਵੇ, ਉਸੇ ਤਰ੍ਹਾਂ ਰਵੇ ਖੀਰ ਨਹੀਂ ਤਰ੍ਹਾਂ। ਅਤੇ ਥੋੜ੍ਹਾ ਰੋਸਟ ਕਰਨੇ ਨਾ, ਮਤਲਬ ਇਹ ਹੈ ਕਿ ਜਿਹੜਾ ਨਾ ਫਿਰ ਦਾਣੇ ਦਾਣੇ ਰਵਣ ਖੀਰ ਵਿੱਚ, ਅਤੇ ਹਲਵੇ ਤਰ੍ਹਾਂ ਆਈਆਂ ਮਿਕਸ ਨਾ ਹੋਈ ਜਾਏ। ਤਾਂ ਇਹ 5-1 ਮਿੰਟ ਤੁਸੀਂ ਜਿਹੜਾ ਨਾ ਇਹ ਇਸ ਤਰ੍ਹਾਂ ਹਲਕੀ ਆਂਚ ਪਰ ਇਸਕੀ ਭੁੰਨਣਾ ਹੋਵੇ। ਬਸ ਹੋਈ ਗਈ ਹੈ ਇਹ, ਜੇ ਅਸਾਂ ਇਸਕੀ ਬਟਰ ਵਿੱਚ ਜਾਂ ਦੂਏ ਆਇਲ ਚੀਜ਼ਾਂ ਚੀਜ਼ਾਂ 'ਚ ਇਸਕੀ ਅਗਰ ਭੁੰਨਾ ਨਾ ਤਾਂ ਫਿਰ ਇਤਨੀ ਹੈਲਥੀ ਨਹੀਂ ਹੋਣਗੀ। ਇਹ ਅਸਾਂ ਬਣਾਉਣੀ ਹੈ ਖੀਰ, ਇਸ ਵਾਸਤੇ ਅਸਾਂ ਇਸਕੀ ਇਸੇ ਤਰ੍ਹਾਂ ਹੀ ਜਿਹੜਾ ਨਾ ਰੋਸਟ ਕਰਨਾ। ਇਸਨੇ ਚਬਾਈਆਂ ਇਲਾਚੀਆਂ, ਸਬਜ਼ ਇਲਾਚੀਆਂ, ਅਤੇ ਹੁਣ ਜਿਹੜਾ ਨਾ ਸਲੋ ਸਲੋ ਇਸਨੇ 'ਚ ਪਾਉਣਾ ਦੁੱਧ। ਅਸਾਂ ਜਿਹੜਾ ਨਾ ਇਸਨੇ ਦੁੱਧ ਸਾਰਾ ਵਾਹ ਛੁੜਿਆ, ਅਤੇ ਫਿਰ ਚਮਚਾ ਚਲਾਉਣੇ ਰਵੋ ਕਿ ਉਹ ਸੂਜੀ ਜਿਹੜੀ ਆ ਗੁਲਟੀਆਂ ਨਾ ਬਣੀ ਜਾਏ। ਆਰਾਮ ਆਰਾਮ ਨਾਲ ਦੁੱਧ ਇਸਨੇ ਸ਼ਾਮਿਲ ਕਰਨਾ, ਅਤੇ ਉਹ ਅਸਾਂ ਵਾਹ ਛੁੜਿਆ ਦੁੱਧਾਂ ਦੀਆਂ 2 ਬੋਤਲਾਂ ਸਨ। ਅਤੇ ਇਹ ਜਿਹੜਾ ਨਾ ਕੱਪ ਕੈਰਟ ਇਹ ਵੀ ਇਸਨੇ ਸ਼ਾਮਿਲ ਕਰਨਾ, ਅਤੇ ਇਹ ਬਟਰ ਵੀ ਇਸਨੇ ਸ਼ਾਮਿਲ ਕਰਨਾ। ਅਤੇ ਹੁਣ ਜਿਹੜਾ ਨਾ ਇਸਕੀ ਥੋੜ੍ਹਾ ਸਲੋ ਆਂਚ ਪਰ ਪੱਕਣੇ ਦੇਣਾ, ਥੋੜ੍ਹਾ ਪੱਕਣਾ ਰਿਹਾ 5-1 ਮਿੰਟ, ਫਿਰ ਜਿਹੜਾ ਨਾ ਇਸਨੇ ਸ਼ੂਗਰ ਸ਼ਾਮਿਲ ਕਰ ਸਕ। ਹੁਣ ਅਸਾਂ ਇਸਨੇ 'ਚ ਨਾ ਚੀਨੀ ਸ਼ਾਮਿਲ ਕਰਨੀ ਹੈ। ਚੀਨੀ ਤੁਸੀਂ ਆਪਣੇ ਹਿਸਾਬ ਨਾਲ ਬਹੁਤ ਜਿਤਨੀ ਤੁਸੀਂ ਖਾਣੀ ਹੈ, ਬਹੁਤ ਜ਼ਿਆਦਾ ਮਿੱਠੀ ਜਾਂ ਜਿਸ ਤਰ੍ਹਾਂ ਥੋੜ੍ਹਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਯੂਜ਼ ਕਰਨੀ ਹੈ। ਤਾਂ ਇਹ ਤੱਕੋ ਜੀ, ਅਤੇ ਥੋੜ੍ਹਾ ਜਿਹਾ ਜਿਹੜਾ ਨਾ ਕੇਵੜਾ ਵੀ ਇਸਨੇ ਸ਼ਾਮਿਲ ਕਰੀ ਛੋੜਾਂ, ਕਿਉਂਕਿ ਖੀਰ ਹੈ, ਖੀਰ ਜ਼ਰਾ ਖੁਸ਼ਬੋਦਾਰ ਨਾਈਸ ਲੱਗਣੀ। ਹੁਣ 5-1 ਮਿੰਟ ਇਸਕੀ ਪਕਾਉਣੇ ਆ, ਤਾਂ ਫਿਰ ਜਿਹੜਾ ਨਾ ਮੈਂ ਇਸਕੀ ਡਿਸ਼ ਆਊਟ ਕਰਨੀ। ਚੀਨੀ ਬਾਈ ਆ, ਚੀਨੀ ਨਾ ਥੋੜ੍ਹਾ ਫਿਰ ਪਾਣੀ ਆਪਣਾ ਬਣੀ ਜਾਣਾ, ਜਦ ਤੱਕ ਉਹ ਚੀਨੀ ਨਾ ਪਾਣੀ ਡਰਾਈ ਹੋਣਾ, ਅਸਾਂ ਚਮਚਾ ਲਾਣੀ ਰਸਾਂ ਕਿ ਹੁਣ ਜਿਹੜਾ ਨਾ ਇਹ ਬਹੁਤ ਜਲਦੀ ਥੱਲੇ ਲੱਗੀ ਜਾਣੀ। ਇਹ ਤੱਕੋ ਨਾਈਸ, ਅਤੇ ਯੂਨੀਕ ਜੀ ਇਹ ਰੈਸਪੀ ਹੈ। ਅਤੇ ਕੈਰਟ ਇਸਨੇ 'ਚ ਬੜੀਆਂ ਕਲਰਫੁੱਲ ਨਾਈਸ ਲੱਗਣੀਆਂ, ਅਤੇ ਤੁਸੀਂ ਬਣਾਇਆ ਤਾਂ ਬੰਦੇ ਤੁਸਾਂ ਕੋਲ ਪੁੱਛਣੇ ਰਹਿਸਨ ਕਿ ਇਤਨੀ ਨਾਈਸ ਖੀਰ ਤੁਸੀਂ ਕਿਸਨੇ ਨਾਲ ਬਣਾਈ ਹੈ, ਕਿ ਡਿਸ਼ ਆਊਟ ਕਰਨੇ ਆ। ਇਹ ਤੱਕੋ ਚਲੋ ਜੀ, ਇਹ ਰੈਸਪੀ ਤੁਸਾਂ ਕੀ ਮਾੜੀ ਪਸੰਦ ਆਈ ਤਾਂ ਤੁਸਾਂ ਜ਼ਰੂਰ ਟਰਾਈ ਕਰਿਆ ਹੈ, ਤਾਂ ਲਾਈਕ ਅਤੇ ਸ਼ੇਅਰ ਕਰਿਆ ਹੈ। ਇਨਸ਼ਾ ਅੱਲਾ ਅਸਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਨਾਲ, ਤਦ ਤੱਕ ਖੁਦਾ ਹਾਫਿਜ਼।